ਕੋਈ ਜਿਹੜਾ ਕਿਸੇ ਜਿੱਦਾਂ ਅੱਗੇ ਵਧਣਾ ਹੁੰਦਾ ਕੁਦਰਤ ਨਾਲ ਜੁੜ ਕੇ ਅਸੀਂ ਅੱਗੇ ਵਧਾਂਗੇ ਤੇ ਫਿਰ ਸਾਨੂੰ ਫਾਇਦਾ ਹੋਊਗਾ ਕੁਦਰਤ ਨਾਲੋਂ ਟੁੱਟ ਕੇ ਅੱਗੇ ਅਸੀਂ ਵਧਾਂਗੇ ਜੇ ਸਾਡੀ ਕਿਉਂਕਿ ਤਰੱਕੀ ਦੀ ਇਨਸਾਨੀ ਹੈ ਸੁੱਧ ਹਵਾ ਸੁੱਧ ਪਾਣੀ ਸੁੱਧ ਖੁਰਾਕ ਇਹ ਤਿੰਨ ਚੀਜ਼ਾਂ ਸਾਡੇ ਕੋਲ ਆ ਤੇ ਸਮਝ ਲਓ ਐਨਵਾਇਰਨਮੈਂਟ ਸੁੱਧਾ ਤੇ ਸਾਡਾ ਜੀਵਨ ਵੀ ਤੰਦਰੁਸਤ ਹੋਊਗਾ ਸਸ਼ਕਲ ਨੂੰ ਨਮਸਕਾਰ ਆਦab ਤੁਸੀਂ ਦੇਖ ਰਹੇ ਹੋ V24 TV ਜਿਦੇ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੋ ਕਿ ਮੈਂ ਸ਼ੋਅ ਲੈ ਕੇ ਆਈਆਂ ਹਾਂ ਇਸ ਟਾਈਮ ਇਸ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਉਹ ਸਖਸ਼ਤਨਾ ਮਿਲਾਂਦੀ ਜੋ ਕਿ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਅਚੀਵਮੈਂਟਸ ਪੂਰੇ ਕਰਦੇ ਨੇ ਆਪਣੇ ਇਸ ਟਾਈਮ ਮੈਂ ਪਹੁੰਚ ਗਈਆਂ ਨਿਰਮਲ ਕਟਿਆ ਸਿੰਚੇਵਾਲ ਤੁਸੀਂ ਦੇਖ ਰਹੇ ਹੋਗੇ ਇਸ ਟਾਈਮ ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ ਹੈ ਉਹਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਕਾਫੀ ਅੱਛਾ ਮਤਲਬ ਕਿ ਵਾਤਾਵਰਣ ਵੀ ਵਹਿਗਾ ਸਾਡਾ ਤੁਸੀਂ ਦੇਖ ਸਕਦੇ ਹੋ ਪੇੜ ਪੌਦੇ ਪ੍ਰੋਪਰ ਅੱਛੀ ਤਰੀਕਿਆਂ ਨਾਲ ਲੱਗੇ ਹੋਏ ਨੇ ਤੇ ਇਸ ਟਾਈਮ ਇੱਥੇ ਮੌਜੂਦ ਨੇ ਬਾਬਾ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਨ ਪਰ ਪ੍ਰਿ ਸਤਿ ਅਕਾਲ ਬਾਬਾ ਜੀ ਤੁਸੀਂ ਜਿੱਦਾਂ ਕੀਤੇ ਆ ਪਰ ਦੇਖ ਹੀ ਰਹੇ ਹਾਂ ਇਸ ਟਾਈਮ ਗੁਰਦੁਆਰੇ ਦੇ ਵਿੱਚ ਵੀ ਕਾਫੀ ਜ਼ਿਆਦਾ ਮਤਲਬ ਕਿ ਪ੍ਰਗਤੀ ਦਾ ਬਹੁਤ ਅੱਛਾ ਤਿਕਣਾ ਤੇ ਧਿਆਨ ਰੱਖਿਆ ਜਾ ਰਿਹਾ ਹੈਗੇ ਤੇ ਇਸ ਵਾਰ ਤੁਸੀਂ ਕੁਝ ਦੱਸਣਾ ਚਾਹੋਗੇ ਕਿ ਦੇਖੋ ਗੁਰੂ ਪਾਸ਼ਾ ਨੇ ਸਾਨੂੰ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮੱਤ ਪਹਿਲਾ ਪਾਣੀ ਜੀਉ ਜਤ ਹਰਿਆ ਸਭ ਕੋਇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦੇ ਵਿੱਚ ਹੀ ਕਾਦਰ ਵਸਦਾ ਤੇ ਇਹ ਕੁਦਰਤ ਦਾ ਜਿੰਨਾ ਸਤਕਾਰ ਕਰਾਂਗੇ ਕੁਦਰਤ ਨਾਲ ਜਿੰਨਾ ਪਿਆਰ ਕਰਾਂਗੇ ਉਹਨਾਂ ਉਹਨਾਂ ਹੀ ਕੁਦਰਤ ਵਾਲਾ ਮਿਹਰਬਾਨ ਹੋਊਗਾ ਅਸੀਂ ਤੰਦਰੁਸਤ ਰਵਾਂਗੇ ਹੁਣ ਆਪਾਂ ਦੇਖਨੇ ਆ ਦੁਨੀਆ ਭਰ ਦੇ ਵਿੱਚ ਕੋਵਿਡ ਬਿਮਾਰੀ ਹੈ ਜਿਹਦੇ ਵਿੱਚ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਆਕਸੀਜਨ ਜਿੰਨਾ ਨੂੰ ਨਹੀਂ ਮਿਲੀ ਤੇ ਉਹ ਕਿਦਾਂ ਪੇਸ਼ੈਂਟ ਉਹਨਾਂ ਦਾ ਕੀ ਹਾਲ ਹੋਇਆ ਜਿਹੜੇ ਇੱਕ ਇੱਕ ਸਿਲੰਡਰ 33000 ਨੂੰ ਵਿਕਿਆ ਸੋ ਇਹ ਬਹੁਤ ਵੱਡਾ ਦੁਕਾਨ ਤੇ ਜਿਹੜਾ ਹੈਗਾ ਅਸੀਂ ਕਹ ਲਈਏ ਕਿ ਅਸੀਂ ਕੁਦਰਤ ਨਾਲ ਖਲਵਾੜ ਕਰਦੇ ਆਂ ਦਰਖਤਾਂ ਨੂੰ ਕੱਟੀ ਜਾ ਰਹੇ ਆਂ ਹਰਿਆਲੀ ਨੂੰ ਜਿਹੜਾ ਹੈਗਾ ਉਹ ਖਤਮ ਕਰੀ ਜਾ ਰਹੇ ਆਂ ਅੱਗਾ ਲਾ ਕੇ ਅਸੀਂ এনवायरमेंट ਨੂੰ ਪ੍ਰਦੂਸ਼ਣ ਕਰੀ ਜਾ ਰਹੇ ਆਂ ਪ੍ਰਦੂਸ਼ਣ ਜਿਹਦੇ ਨਾਲ ਸਾਹ ਲੈਣਾ ਵੀ ਔਖਾ ਹੋ ਗਿਆ ਸੋ ਇਹ ਸਾਨੂੰ ਕੁਦਰਤ ਨਾਲ ਜੁੜਨਾ ਪਊਗਾ ਕੁਦਰਤ ਦਾ ਨਾਲ ਪਿਆਰ ਕਰੋ ਕੁਦਰਤ ਦਾ ਸਤਿਕਾਰ ਕਰੋ ਕੁਦਰਤ ਦੇ ਨਾਲ ਇੱਕ ਸੁਰ ਹੋ ਕੇ ਅਸੀਂ ਅੱਗੇ ਵਧ ਸਕਦੇ ਹਾਂ। ਬਾਬਾ ਜੀ ਅੱਪਾ ਜਿੱਦਾਂ ਤੁਹਾਡੇ ਫੇਸਬੁੱਕ ਪੇजेस ਦੇ ਵਿੱਚ ਤੇਰੇ ਵੀਡੀਓਜ਼ ਜਿਹੜੇ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਤੇ ਉਹਦੇ ਵਿੱਚ ਤੁਸੀਂ ਆਪਣੇ ਹੱਥੀਂ ਮਤਲਬ ਕਿ ਪੇੜ-ਪੌਦੇ ਜੋ ਕਿ ਮਤਲਬ ਲਗਾਣੇ ਹੈਗੇ ਹੋ ਤੇ ਇਹ ਵਿਚਾਰ ਤੁਹਾਡੇ ਮਤਲਬ ਕਿ ਕਿੱਦਾਂ ਦਿਮਾਗ ਦੇ ਵਿੱਚ ਆਇਆ ਯਾ ਤੁਸੀਂ ਬੱਸ ਕੁਝ ਦੱਸੋਗੇ? ਕਿਉਂਕਿ ਜਿਹੜਾ ਲਗਾਤਾਰ ਅਸੀਂ ਹਰ ਸਾਲ 5-6 ਲੱਖ ਬੂਟਾ ਜਿਹੜਾ ਹੈਗਾ ਤਿਆਰ ਕਰਦੇ ਨਰਸਰੀਆਂ ਸਾਡੇ ਕੋਲ ਦੋ ਨਰਸਰੀਆਂ ਕਿਉਂਕਿ ਇਹ ਪੇੜ-ਪੌਦੇ ਅਸਲ ਜਿਹਨੂੰ ਆਪਾਂ ਦੇਵਤੇ ਕਹਿੰਦੇ ਆਂ ਦੇਵਤੇ ਕਿਹਨੂੰ ਕਹਿੰਦੇ ਜਿਹੜੇ ਸਾਨੂੰ ਕੁਝ ਦੇਵੇ। ਐਨਰਜੀ ਦੇਵੇ ਊਰਜਾ ਦੇਵੇ ਸ਼ਕਤੀ ਦੇਵੇ ਉਹਨੂੰ ਦੇਵਤੇ ਕਹਿੰਦੇ ਆ ਜਿਹੜਾ ਸਾਨੂੰ ਕਸ਼ਟ ਦੇਵੇ ਜਾਂ ਸਾਨੂੰ ਬਿਮਾਰੀਆਂ ਲਿਜਾਵੇ ਉਹ ਕੀ ਆ ਧੰਤਾ ਸੋ ਇਹ ਛਾਖਛਾਹ ਦੇਵਤੇ ਆ درخت ਅਸੀਂ ਜੇ ਕੀਏ ਕਿ ਇਹ ਸਾਨੂੰ ਜਿਹੜੀ ਹੈ ਆਕਸੀਜਨ ਦਿੰਦੇ ਆ ਫਲ ਦਿੰਦੇ ਆ ਫਲ ਦਿੰਦੇ ਆ ਲੱਕੜੀ ਦਿੰਦੇ ਆ ਹੋਰ ਜਾਨਵਰਾਂ ਦੇ ਰਹਿਣ ਦੀ ਹੈ ਰਹਿਸਾ ਆਪਣੀਆਂ ਕਹ ਲੋ ਕਲੋਨੀ ਐ ਫਿਰ ਹਰ ਤਰ੍ਹਾਂ ਦੀ ਮੈਡੀਸ਼ਨ ਇਹਨਾਂ ਤੋਂ ਮਿਲਦੀ ਆ ਜਨਮ ਤੋਂ ਲੈ ਕੇ ਜਦੋਂ ਗੜੀਰੇ ਤੋਂ ਲੈ ਕੇ ਅਖੀਰ ਤੱਕ ਬੰਦਾ ਮਰਦਾ ਫਿਰ ਵੀ ਇਹ ਦਰਖਤ ਜਿਹੜਾ ਹੈ ਉਹ ਅਖੀਰ ਦੇ ਉੱਤੇ ਉਹਨਾਂ ਦੇ ਨਾਲ ਹੀ ਸਸ਼ਕਾਰ ਕੀਤਾ ਜਾਂਦਾ ਸੋ ਕੁਦਰਤ ਦੇ ਨਾਲ ਜੁੜਨਾ ਕੁਦਰਤ ਵਾਲੇ ਦੇ ਨਾਲ ਜੁੜਨ ਦੇ ਬਰਾਬਰ ਆ ਜਦੋਂ ਅਸੀਂ ਕੁਦਰਤ ਦਰਖਤ ਲਾਵਾਂਗੇ ਪੇੜ ਪੌਦੇ ਲਾਵਾਂਗੇ ਪੰਛੀ ਚਹ ਚਹ ਹੋਣਗੇ ਬਾਰਸ਼ਾਂ ਪੈਣਗੀਆਂ ਉਹਦੇ ਨਾਲ ਮੀਂਹ ਪੈਣਗੇ ਤੇ ਉਹਦੇ ਨਾਲ ਹੋਰ ਵੀ ਜਿਹੜਾ ਹੈ ਧਰਤੀ ਨੂੰ ਦੇਉ ਤੇ ਹਰਿਆਲੀ ਆਉਂਦੀ ਹੈ ਸੋ ਇਹ ਕੁਦਰਤ ਨਾਲ ਜਿਹੜਾ ਹੈਗਾ ਲਗਾਤਾਰ ਅਸੀਂ ਸੇਵਾ ਕਰਦੇ ਆ ਜਿੰਨੀ ਕਰ ਸਕਦੇ ਆ ਅੱਗੇ ਵਾਹਿਗੁਰੂ ਦੇ ਹੱਥਾ ਅੱਗੇ ਹੋਰ ਵੀ ਆਉਣ ਵਾਲੇ ਸਮੇਂ ਚ ਵੀ ਇਹ ਸੇਵਾ ਦਾ ਕਾਰਜ ਚੱਲਦਾ ਰਹੂਗਾ ਜਿੱਦਕਿ ਬੱਬੀ ਜੀ ਆਪਾਂ ਦੇਖ ਰਿਹਾ ਕਿ ਆਕਸੀਜਨ ਦੀ ਲਗਾਤਾਰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੁਸੀਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਬਹੁਤ ਜ਼ਿਆਦਾ ਸਿਲੰਡਰ ਵੀ ਆਪਾਂ ਕਹਿੰਨੇ ਕਿ ਕਾਫੀ ਹਾਈ ਰੇਟ ਤੇ ਮੇਚੇ ਜਾ ਰਹੇ ਹੈਗਾ ਕੋਈ ਬਲੈਕ ਚ ਬੇਚ ਰਿਹਾ ਕੋਈ ਕੁਝ ਕਰ ਰਿਹਾ ਹੈ ਤੇ ਜਦ ਆਪਾਂ ਦੇਖ ਰਿਹਾ ਅੱਜ ਕੱਲ ਇੰਨਾ ਜ਼ਿਆਦਾ ਦੂਸ਼ਿਤ ਹੋਇਆ ਹੋਇਆ ਵਾਤਾਵਰਨ ਤੇ ਹੋਰ ਵੀ ਕੁਝ ਮਤਲਬ ਕਿ ਲੋਕੀ ਤੁਹਾਨੂੰ ਜੁੜਦੇ ਹੋਣਗੇ ਕਿ ਆਪਾਂ ਆਪਾਂ ਸ਼ੁਰੂਆਤ ਆਪਾਂ ਨਾਲ ਜੁੜਦੇ ਆਂ ਆਪਾਂ ਵੀ ਕਰਦੇ ਆਂ ਇਦਾਂ ਦੀ ਸ਼ੁਰੂਆਤ ਸਾਰੇ ਲੱਖਾਂ ਲੋਕ ਇਸ ਕਾਰਜ ਦੇ ਨਾਲ ਜੁੜੇ ਹੋਏ ਆਂ ਦੇਸ਼ ਵਿੱਚ ਵੀ ਵਿਦੇਸ਼ ਵਿੱਚ ਵੀ ਕਿ ਲਗਾਤਾਰ ਅਸੀਂ 1993 ਰਨਮੇ ਤੋਂ ਲੱਗੇ ਹੋਏ ਆ ਪਹਿਲਾ ਮਹਾਪ੍ਰਸੰਤ ਅਵਤਾਰ ਸਿੰਘ ਜੀ ਉਹਨਾਂ ਨੇ થી ਸ਼ੁਰੂਆਤ ਕੀਤੀ ਬਾਗ ਲਵਾਇਆ ਤੇ ਲਗਾਤਾਰ ਜਿਹੜੀ ਹੈਗੀ ਚੇਤਨਾ ਪੈਦਾ ਹੋਈ ਇਸ ਇਲਾਕੇ ਦੇ ਵਿੱਚ ਕਿਤੇ ਦਰਖਤ ਨਹੀਂ ਦੀਦੇ ਹੁਣ ਆਲੇ ਦੁਆਲੇ ਪਿੰਡ ਨਹੀਂ ਦੀਦੇ ਦਰਖਤ ਹੀ ਦਰਖਤ ਦੀਦੇ ਸੋ ਇਹਦੇ ਨਾਲ ਇੱਕ ਕਾਫੀ ਜਿਹੜੀ ਹੈਗੀ ਲੋਕਾਂ ਵਿੱਚ ਵੀ ਚੇਤਨਾ ਆਈ ਹੈ ਤੇ ਜਦੋਂ ਸਾਰੇ ਰਲ ਕੇ ਇਹ ਕਾਰਜ ਜੁਟਣਗੇ ਤਾਂ ਆਪਣੇ ਆਪ ਹੀ ਜਿਹੜਾ ਹੈਗਾ এনवायरमेंट ਸਾਡਾ ਸ਼ੁੱਧ ਹੋਊਗਾ ਕਿਉਂਕਿ ਜਾਗਰੂਕਤਾ ਦੇ ਲੋੜ। ਅਸੀਂ ਜਿਸ ਵੇਲੇ ਬੀਤ ਸਾਲ ਆ ਰਹੇ ਹਾਂ ਉਹਨੂੰ ਅਸੀਂ ਪ੍ਰਦੂਸ਼ਿਤ ਕਰ ਰਹੇ ਹਾਂ। ਤੇ ਦਰਖਤਾਂ ਜਿਹੜੇ ਆਕਸੀਜਨ ਦਿੰਦੇ ਆ ਜਿਹੜੇ ਕਾਰਬਨ ਡਾਈਆਕਸਾਈਡ ਖਾਂਦੇ ਆ ਤੇ ਸਾਨੂੰ ਜਿਹੜੀ ਹੈਗੀ ਆ ਉਹ ਸਾਹ ਜਿਹੜਾ ਮਿਲਦਾ ਸਾਨੂੰ ਇਹ ਸਾਡੇ ਵਾਸਤੇ ਬਹੁਤ ਸਤਿਕਾਰਤ। ਮਬਜਾਪਾ ਜਦ ਤੱਕ ਆ ਰਹੇ ਸੀਗੇ ਆਪਾਂ ਪਿੰਡ ਦੇ ਵਿੱਚ ਵੀ ਨਜ਼ਰ ਕਾਫੀ ਮਾਰੀ ਹੈ ਤੇ ਆਪਾਂ ਮਤਲਬ ਇਦਾਂ ਲੱਗੇ ਨਹੀਂ ਕਿ ਅਸੀਂ ਕਦੇ ਸ਼ਹਿਰ ਮਤਲਬ ਆਪਾਂ ਲੱਗੇ ਕਿ ਹਾਂ ਕਿ ਪਸ ਸ਼ਹਿਰ ਵਿੱਚ ਆ ਗਏ ਹੋਇਆ ਮਤਲਬ ਇੰਨੀ ਜ਼ਿਆਦਾ ਹਰਿਆਲੀ ਦੇਖਣ ਨੂੰ ਮਿਲੀ ਤੇ ਜਿੱਦਾਂ ਕਿ ਆਪਾਂ ਦੇਖ ਰਿਹਾ ਪਿੰਡਾਂ ਦੇ ਜਿਹੜੇ ਪਿੰਡ ਵਾਸੀ ਹੈਗੇ ਆ ਉਹ ਵੀ ਮਤਲਬ ਤੁਸੀਂ ਜਿਾ ਕੇ ਕੁਝ ਜਾਗਰੂਤ ਕੀਤਾ ਆ ਜਾਂ ਆਪ ਹੀ ਥੋੜੇ ਪਿਛੇ ਹੀ ਜਾਗਰੂਤ ਸੀਗੇ ਇਸ ਨੂੰ ਲੈ ਕੇ ਨਹੀਂ ਪਿਛੇ ਤੋਂ ਕੋਈ ਜਾਗਰੂਕ ਨੇਤਾ ਨਹੀਂ ਸੀ ਇਹ ਤਕਰੀਬਨ ਅਸੀਂ 1990 ਤੋਂ ਲੈ ਕੇ ਇਸ ਪਿੰਡਾਂ ਦੇ ਵਿੱਚ ਸਫਾਈ ਮਹਮ ਸ਼ੁਰੂ ਕੀਤੀ ਸੀ ਉਸ ਵੇਲੇ ਤੋਂ ਲੈ ਕੇ ਦਰਖਤ ਲਿਆ ਕੇ ਲਾਉਣੇ ਸ਼ੁਰੂ ਕੀਤੇ ਹੌਲੀ ਹੌਲੀ ਜਿਹੜਾ ਹੈਗਾ ਹੁਣ ਲੋਕ ਵੀ ਜਿਹੜੇ ਹੈਗੇ ਨਾਲ ਜੁੜ ਗਏ ਲੋਕਾਂ ਅੰਦਰ ਵੀ ਚੇਤਨਤਾ ਆਈ ਹੈ ਤੇ ਕਿਉਂਕਿ ਨਰਸਰੀਆਂ ਸੀ ਪਿੰਡ ਦੇ ਵਿੱਚ ਹੈਗੀਆਂ 1999 ਦੇ ਵਿੱਚ ਹੀ ਆਪਣੇ ਪਿੰਡ ਵਿੱਚ ਸ਼ਿਵਰੇਜ ਸਿਸਟਮ ਪਾਲਿਆ ਸੀ ਤੇ ਸਾਡੇ ਪਿੰਡ ਦਾ ਸਾਰਾ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗਦਾ ਤੋ ਇਹ ਉਸ ਵਲੇ ਤੋਂ ਜਿਹੜੇ ਹੈਗੇ ਦਰਖਤ ਲਾਉਣ ਦੀ ਵੀ ਜਿਹੜੀ ਹੈਗੀਆ ਮਹਮ ਚੱਲੀ ਹੋਈ ਹੈ ਜਿਸ ਦੇ ਨਾਲ ਆਲਾ ਦਵਾਲਾ ਹਰਿਆ ਭਰਿਆ ਪਿੰਡ ਦੇ ਵਿੱਚ ਵੀ ਜਿੱਥੇ ਗੰਧੀਆਂ ਨਾਲੀਆਂ ਸੀ ਅੱਜ ਉੱਥੇ ਫੁੱਲਾਂ ਵਾਲੇ ਬੂਟੇ ਮਹਿਕ ਰਹੇ ਹਨ ਦੰਦ ਦਾ ਰਾਜਾ ਰਾਜ ਦੀ ਰਾਣੀ ਮਧੰਗਨੀ ਚੰਦਨੀ ਹੋਰ ਇਹੋ ਜਿਹੇ ਬੂਟੇ ਜਿਹੜੇ ਹੈਗੇ ਆ ਉਹ ਐਨਆਰਸੀ ਚੋਂ ਲਿਜਾ ਕੇ ਸੰਗਤਾਂ ਲਾਉਂਦੀਆਂ ਉਹਨਾਂ ਨੂੰ ਪ੍ਰੇਰਨਾ ਦੇ ਜਿਹੜੀ ਹੈਗੀ ਆ ਉਹ ਗੁਰੂ ਮਹਾਰਾਜ ਦੀ ਹੈ ਪਰ ਜਿਹੜੀ ਸੰਗਤ ਆ ਉਹਨਾਂ ਨੇ ਉਹ ਫਾਲੋ ਕਰ ਰਿਆ ਤੇ ਹਰੀਆਲੀ ਜਿਹੜੀ ਹੋਰ ਫਤਰੀ ਆ। ਬਾਬਾ ਜੀ ਅੱਜ ਪਾਸਟਮ ਦੇਖ ਰਿਹਾ ਕਿ ਕਾਫੀ ਆਪਣੇ ਦੁਨੀਆ ਦੇ ਵਿੱਚ ਕਾਫੀ ਤਰ੍ਹਾਂ ਦੇ ਪੇੜ ਆ ਕਿ ਜੋ ਕਿ ਸਾਨੂੰ ਪਤਾ ਵੀ ਨਹੀਂ ਹੈਗੇ ਮਤਲਬ ਕਿ ਕਾਫੀ ਜੋ ਕਿ ਤੁਸੀਂ ਦੱਸ ਸਕਦੇ ਹੋ ਕਿ ਇਨਸਾਨ ਲਈ ਕੁਝ-ਕੁਝ ਪੇੜ ਜੋ ਕਿ ਮਤਲਬ ਕਿ ਫਾਇਦੇਮੰਦ ਹੈਗੇ ਉਸ ਬਾਰੇ ਤੁਸੀਂ ਦੱਸੋਗੇ। ਪੇੜ ਤਾਂ ਸਾਰੇ ਸਾਡੇ ਫਾਇਦੇਮੰਦ ਆ ਸਾਰੇ ਆਕਸੀਜਨ ਦਿੰਦੇ ਆ ਪਰ ਜਿਸ ਤਰ੍ਹਾਂ ਫਲਾਂ ਦੇ ਦਰਖਤ ਆ ਆਂਬਾ ਦੂਸਰੇ ਆ ਜਿ ਕੁਆ ਨਾਰਾ ਇਹ ਸਾਰੇ ਮੈਡੀਸ਼ਨ ਵੀ ਹਨ ਇਹ ਬਹੁਤ ਵਧੀਆ ਫਲ ਫਿਰ ਜਿਹੜੇ ਦਰਖਤ ਜਿਸ ਤਰ੍ਹਾਂ ਪਿੱਪਲ ਆਏ 24 ਘੰਟੇ ਆਕਸੀਜਨ ਦਿੰਦਾ ਨਿੰਮ ਪਲਕਣਾ ਇਸੇ ਤਰ੍ਹਾਂ ਜਿਹੜੇ ਹੈਗੇ ਸਾਡੇ ਟ੍ਰੈਡੀਸ਼ਨਲ ਦਰਖਤ ਇਸ ਧਰਤੀ ਦੇ ਆਪਣੇ ਜਿਹੜੀ ਹੈਗੀ ਟਾਲੀ ਆ ਅਰਜਨ ਹੈ ਜਿਹੜਾ ਮੈਡੀਸ਼ਨ ਆ ਪਲਾਂਟ ਸੁਖਚੈਨ ਹੋਰ ਜਿਹੜੇ ਦਰਖਤ ਕਾਫੀ ਜਿਹੜੇ ਹੈਗੇ ਸਾਨੂੰ ਬੱਲਾ ਜਿਹੜੇ ਸਾਡੇ ਹਾਰਟ ਵਾਸਤੇ ਬਹੁਤ ਵਧੀਆ ਬਿਹੜਾ ਹੈ ਜਿਹੜਾ ਤਰਫਲਾਜੀ ਦਾ ਬਣਦਾ ਬਹੁਤ ਜਿੰਨੇ ਵੀ ਇਹ ਸਾਰੀਆਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਹੈਗੀਆਂ ਸਾਰੀਆਂ ਇਹ ਦਰਖਤਾਂ ਤੋਂ ਹੀ ਪੈਦਾ ਹੁੰਦੀਆਂ ਦਰਖਤ ਤਾਂ ਸਾਡੇ ਹਰ ਸਾਡੇ ਫਾਇਦੇਮੰਦ ਪਰ ਕੁਝ ਕਿਸੇ ਦੀ ਮੈਡੀਸ਼ਨ ਵੈਲਿਊ ਹੁੰਦੀ ਹੈ ਕੋਈ ਕਿਸੇ ਦਾ ਫਰੂਟ ਵਧੀਆ ਹੁੰਦਾ ਕਿਸੇ ਨੂੰ ਜਿਹੜੀ ਹੈਗੀ ਉਹਦੀ ਲੱਕੜ ਕੰਮ ਦੀ ਹੈ ਵੱਖਰੇ ਵੱਖਰੇ ਪਰ ਆਕਸੀਜਨ ਸਾਰੇ ਦਿੰਦੇ ਆ ਤੇ ਵਿਸ਼ੇਸ਼ ਜਿਹੜਾ ਖਾਸ ਕਰਕੇ ਪੇਪਲ ਬੋਡ ਨਾ ਇਹ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਵਧੀਆ ਦਰਖਤਾਂ ਦੇ ਵਿੱਚ ਗਿਣਿਆ ਗਿਆ ਬਾਬਾ ਜੀ ਜਿੱਦਾਂ ਕਿ ਤੁਸੀਂ ਇਸ ਟਾਈਮ ਆਪਣੇ ਇਸ ਏਜ ਦੇ ਵਿੱਚ ਤੁਸੀਂ এনवायरमेंट ਦਾ ਬਹੁਤ ਅੱਛੇ ਤਰੀਕੇ ਨਾਲ ਖਿਆਲ ਰੱਖ ਰਹੇ ਹੋ ਤੇ ਨਾਲ ਨਾਲ ਜਿੱਦਾਂ ਬਚਪਨ ਦੇ ਵਿੱਚ ਵੀ ਕੁਝ ਇਹੋ ਜਿਹਾ ਮਨਚ ਸੀ ਕਿ ਮੈਂ ਮਤਲਬ ਐਦਾ ਕਰਨਾ ਹੈਗਾ ਅੱਗੇ ਜਾ ਕੇ এনवायरमेंट ਦਾ ਖਿਆਲ ਰੱਖਣਾ ਹੈ ਕੁਝ ਆਪਣੇ ਇਸ ਬਾਰੇ ਬਚਪਨ ਬਾਰੇ ਕੀ ਦੱਸੋਗੇ ਆਪਣੇ ਦਸਕਰਾਂ ਨੂੰ ਉਹ ਬਚਪਨ ਤੋਂ ਹੀ ਜਿਹੜਾ ਹੈ ਸਾਨੂੰ ਵੈਸੇ ਕੁਦਰਤ ਦੇ ਨਾਲ ਪਿਆਰ ਪਰ ਅਸੀਂ ਸਕੂਲ ਵਿੱਚ ਵੀ ਦਰਖਤ ਲਾਉਂਦੇ ਰਹੇ ਹਾਂ ਪਾਣੀ ਦਿੰਦੇ ਰਹੇ ਹਾਂ ਫਿਰ ਗੁਰਦੁਆਰੇ ਜਾ ਕੇ ਵੀ ਜਦੋਂ 1981 ਦੇ ਵਿੱਚ ਸ੍ਰੀਮਾਨ ਸੰਤ ਅਵਤਾਰ ਸਿੰਘ ਸਾਡੇ ਸਾਨੂੰ ਇਹਨਾਂ ਨਾਲ ਮਲਾਪ ਹੋਇਆ ਤੇ ਉਹਨਾਂ ਉਸ ਵੇਲੇ ਸੀ ਬੀਏ ਸੈਕੰਡ ਈਅਰ 'ਚ ਪੜ੍ਹਦੇ ਸੀ ਤੇ ਉਹਨਾਂ ਦੀ ਪ੍ਰੇਰਣਾ ਦੇ ਨਾਲ ਉਹਨਾਂ ਨੇ ਜੋ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਜੀ ਜੋ ਨੇਚਰ ਦੇ ਨਾਲ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੋ ਜਿ ਜੋ ਵੀ ਬਾਣੀ ਹੈ ਸਾਨੂੰ ਇਹ ਕੁਦਰਤ ਨਾਲ ਜੋੜਦੀ ਹੈ ਹੋਰ ਇਹ ਰਿਸ਼ਤਾ ਜਿਹੜਾ ਗਹਿਰਾ ਹੋ ਗਿਆ ਹੁਣ ਤਾਂ ਨਾਲ ਕੁਦਰਤ ਨਵੰਦੇ ਨਾਲ ਹੀ ਜਿਹੜਾ ਹੈ ਹਰ ਵੇਲੇ ਵੱਤੋ ਵੱਤ ਪਲਾਂਟੇਸ਼ਨ ਕਰੀਏ ਵੱਤੋ ਵੱਤ ਜਿਹੜਾ ਹੈ ਇਹਨਾਂ ਨੂੰ ਪਾਣੀ ਪਾਈਏ ਇਹਨਾਂ ਦੀ ਸੰਭਾਲ ਕਰੀਏ ਸੋ ਹੈ ਪਹਿਲਾਂ ਤੋਂ ਹੀ ਬਚਪਨ ਤੋਂ ਪਰ ਮਹਾਂਪੁਰਸਾਂ ਦੀ ਸੰਗਤ ਕਰਕੇ ਗੁਰਬਾਣੀ ਨੂੰ ਪੜ ਕੇ ਗੁਰਬਾਣੀ ਦੇ ਅਨੁਸਾਰ ਜਦੋਂ ਚੱਲਦੇ ਆਂ ਤੇ ਕੁਦਰਤ ਨਾਲ ਜਿਹੜਾ ਹੈਗਾ ਕੁਦਰਤ ਨਾਲ ਗੁਰਬਾਣੀ ਸਨ ਜੋੜਦੀ ਹੈ ਜਿਦਾਂ ਕਿ ਬਾਬਾ ਜੀ ਆਪਾਂ ਦੇਖਦੇ ਹਰ ਕੋਈ ਇਨਸਾਨ ਆਪਣੀ ਤਰੱਕੀ ਵੱਲ ਹੀ ਵੱਧਦਾ ਜਾ ਰਿਹਾ ਹੈਗਾ ਆਪਣੀ ਤਰੱਕੀ ਵੱਲ ਹੀ ਆਪਣੇ ਆਪਣੇ ਮਨ ਖਿੱਚ ਰਿਹਾ ਹੈਗਾ ਤੇ ਇਹਦੇ ਨਾਲ ਮਤਲਬ ਪੇੜ ਦੇ ਵੱਲ ਕਟਾਈ ਹੋਈ ਜਾ ਰਹੀ ਹੈ ਨਾਲੇ ਪੇੜ ਵੱਡੇ ਪੇੜ ਵੀ ਮਤਲਬ ਕਿ ਕਟਾਈ ਹੋਈ ਜਾ ਰਹੀ ਹੈ ਬੰਨੂ ਕਟ ਕਰ ਰਹੇ ਹੈਗੇ ਲੋਕੀ ਵੀ ਤੇ ਇਸ ਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਉਹ ਕਿ ਜਿਹੜਾ ਕੋਈ ਜਿੱਦਾਂ ਅੱਗੇ ਵਧਣਾ ਆਂਦਾ ਕੁਦਰਤ ਨਾਲ ਜੁੜ ਕੇ ਅਸੀਂ ਅੱਗੇ ਵਧਾਂਗੇ ਤੇ ਫਿਰ ਸਾਨੂੰ ਫਾਇਦਾ ਹੋਊਗਾ ਕੁਦਰਤ ਨਾਲੋਂ ਟੁੱਟ ਕੇ ਅੱਗੇ ਅਸੀਂ ਵਧਾਂਗੇ ਜੇ ਸਾਡੀ ਕਿਉਂਕਿ ਤਰਕੀ ਦੀ ਇਨਸਾਨੀ ਹੈ ਸੁੱਧ ਹਵਾ ਸੁੱਧ ਪਾਣੀ ਸੁੱਧ ਖਾਣਾ ਇਹ ਤਿੰਨ ਚੀਜ਼ਾਂ ਸਾਡੇ ਕੋਲ ਆ ਤੇ ਸਮਝ ਲਓ এনवायरमेंट ਸੁੱਧਾ ਤੇ ਸਾਡਾ ਜੀਵਨ ਵੀ ਤੰਦਰੁਸਤ ਹੋਊਗਾ ਜਦੋਂ ਅਸੀਂ ਦਰਖਤ ਕਟਾਂਗੇ ਉਸ ਦੇ ਨਾਲ এনवायरमेंट ਤੇ ਫਰਕ ਪਊਗਾ ਉਹ ਸਾਡੀ ਸਿਹਤ ਤੇ ਵੀ ਫਰਕ ਪਊਗਾ ਸਾਡੀਆਂ ਜਿਹੜੇ এনवायरमेंट ਦੇ ਵਿੱਚ ਵੀ ਇਹੋ ਜਿਹੇ ਬਦਲਾਅ ਆਉਣਗੇ ਕਿਉਂਕਿ ਜਿਵੇਂ 33% ਤੋਂ ਵੱਧ ਜਿਹੜਾ 35% ਜਿਹੜਾ ਏਰੀਆ ਉਹ ਹਰਿਆ ਭਰਿਆ ਹੋਣਾ ਚਾਹੀਦਾ ਤੇ ਸਾਡੇ ਕੋਲ ਉਹ 5 3 4% ਜਿਹੜਾ ਹੈਗਾ ਉਹਨੂੰ ਵੀ ਅਸੀਂ ਵਿੱਚੋਂ ਕੱਟੀ ਜਾਂਦੇ ਆ ਤੇ ਖਗੋ ਧਰਤੀ ਦਾ ਜਿਹੜਾ ਸਹਿਰਾ ਉਹ ਨੰਗਾ ਹੋਈ ਜਾਂਦਾ ਤੇ ਸਾਡੇ ਜਿਹੜੇ ਆਕਸੀਜਨ ਦੇ ਕਾਰਖਾਨੇ ਆ ਪਲਾਂਟ ਜਿਹੜੇ ਆ ਉਹ ਨਾਲ ਕੱਟੇ ਜਾਂਦੇ ਆ ਸੋ ਇਹ ਜਿਹੜੀ ਹੈਗੀ ਇਹਦੇ ਨਾਲ ਇੱਕ ਫਿਕਰ ਵਾਲੀ ਗੱਲ ਆ ਇਹ ਕਿਉਂਕਿ ਅੱਜ ਗਲੋਬਲ ਵਾਰਮਿੰਗ ਦੀ ਜਿਹੜੀ ਗੱਲ ਦੁਨੀਆ ਪਰ ਚੁੱਠ ਰਹੀ ਉਹਦਾ ਕਾਰਨ ਵੀ ਇਹੀ ਹੈ ਕਿ ਅਸੀਂ ਵਿਕਾਸ ਦੇ ਨਾਲ ਜਿਹਨੂੰ ਅਸੀਂ ਵਿਕਾਸ ਕਹਿੰਨੇ ਆ ਅਸਲ ਵਿੱਚ ਉਹ ਸਾਨੂੰ ਵਿਨਾਸ਼ ਵੱਲ ਲੈ ਕੇ ਜਾ ਰਿਹਾ ਤੇ ਜੇ ਅਸੀਂ ਵਿਨਾਸ਼ ਇਸੇ ਤਰ੍ਹਾਂ ਹੀ ਵਿਕਾਸ ਦੇ ਨਾਂ ਤੇ ਵਿਨਾਸ਼ ਵੱਲ ਨੂੰ ਤੁਰਦੇ ਗਏ ਤੇ ਇਹਦਾ ਐਂਡ ਪਤਾ ਨਹੀਂ ਕੀ ਹੋਵੇ ਸਾਨੂੰ ਸਮਝਦੀ ਸਾਡੀ ਇੰਨੀ ਭੁੱਖ ਸਾਡੇ ਅੰਦਰ ਵਧ ਗਈ ਹੈ ਕਿ ਅਸੀਂ ਕੁਦਰਤੀ ਖਜ਼ਾਨਿਆਂ ਨੂੰ ਜਿਦਾਂ ਲੁੱਟਣ ਦੇ ਉੱਤੇ ਹੋਏ ਆਂ ਲੋਟ ਲੋਟ ਕੇ ਉਹਨਾਂ ਨੂੰ ਬੈਂਕਾਂ ਵਿੱਚ ਜਮ੍ਹਾਂ ਕਰ ਰਹੇ ਆ ਪਰ ਜਿਹੜੇ ਸਾਡੇ ਪ੍ਰਕਿਰਤੀ ਹੈ ਉਹਦਾ ਅਸੀਂ ਬਹੁਤ ਵੱਡਾ ਸੂਸ਼ਣ ਕਰ ਰਹੇ ਆ ਇਹ ਵੱਡੀ ਵੱਡਾ ਦੁਕਾਨ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਜਿੰਨੇ ਅਸੀਂ ਦਰਖਤ ਕੱਟਦੇ ਆ ਉਹਦੇ ਤੋਂ 10-15 ਗੁਣਾ ਜਿਹੜਾ ਹੈਗਾ ਵਾਧੂ ਲਾਉਣੇ ਚਾਹੀਦੇ ਆ ਬਾਬਾ ਜੀ ਆਪਾਂ ਜਦ ਦੇਖ ਹੀ ਰਹੇ ਆ ਕਿ ਅੱਜਕਲ ਦੇਖੇ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਜਿਦਾ ਕਿ ਆਕਸੀਜਨ ਦੀ ਲਗਾਤਾਰ ਇੰਨੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਕਿ ਆਕਸੀਜਨ ਦੇ ਆਕਸੀਜਨ ਹੈਗੇ ਆ ਆਪਣੇ ਕੰਟੇਨਰ ਜੇ ਉਹ ਬਹੁਤ ਹੀ ਜ਼ਿਆਦਾ ਉਹਨਾਂ ਪੈਸੇ ਨਾਲ ਦੇ ਰਹੇ ਹੈਗੇ ਆ ਬਲੈਕ ਵੀ ਵੇਚ ਦੇ ਰਹੇ ਜੋ ਕਿ ਗਰੀਬ ਬੰਦਾ ਕਿੱਥੋਂ ਦੀ ਚੀਜ਼ਾਂ ਲਏਗਾ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਇਸ ਚੀਜ਼ ਬਾਰੇ ਤੇ ਆਪਾਂ ਇਹ ਵੀ ਚੀਜ਼ ਦੇ ਦੇ ਵੀ ਅੱਜਕੱਲ ਕਿ ਲੋਕੀ ਫੇਰ ਤੋਂ ਜ਼ਿਆਦਾ ਮਤਲਬ ਕਿ ਆਪਣੇ ਦੁਆਰਾ ਤੋਂ ਹੁਣ ਪ੍ਰਗਤੀ ਨਾਲ ਜੁੜਨ ਲੱਗ ਗਏ ਹੋਏ ਆ ਕਿ ਹਾਂ ਕਿ ਅੱਜਕੱਲ ਨੂੰ ਪਤਾ ਲੱਗ ਗਿਆ ਹੈ ਕਿ ਮਤਲਬ ਪਤਾ ਲੱਗ ਚੁੱਕੀ ਹੈ ਕਿ ਆ ਕਿ ਆਪਾਂ ਪੇੜ ਪਹਿਲਾਂ ਕੱਟਦੇ ਸੀਗੇ ਕਿ ਉਹਦੀ ਕੀਮਤ ਆ ਜਿਹਨਾਂ ਨੂੰ ਪਤਾ ਲੱਗ ਗਿਆ ਕਿ ਪੇੜ ਕੱਟਣ ਦੀ ਕੀਮਤ ਆ ਸਾਨੂੰ ਭੁਗਤਨੀ ਪੈ ਰਹੀ ਆ ਆਕਸੀਜਨ ਨਹੀਂ ਮਿਲ ਰਹੀ ਆ ਸਾਨੂੰ ਹੁਣ ਤੇ ਇਸ ਬਾਰੇ ਕੁਝ ਜਾਣਕਾਰੀ ਦਿਓ ਕਿ ਸਾਨੂੰ ਅਗਰ ਘਰ ਵਿੱਚ ਆ ਪੇੜ ਪੌਦੇ ਜਿਹੜੇ ਲਗਾ ਰਹੇ ਆ ਉਹਨਾਂ ਨੂੰ ਕਿਦਾਂ ਮੈਂ ਕਿ ਇੱਕ ਵਾਰ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਥੋੜਾ ਬਹੁਤ ਜਾਣਕਾਰੀ ਦੋਗੇ ਆਪਣੇ ਦਰਸ਼ਕਾਂ ਨੂੰ ਕਿਉਂਕਿ ਜਿਹੜ ਅ ਆਕਸੀਜਨ ਦੀ ਘਾਟ ਪੇਸ਼ੈਂਟਾਂ ਨੂੰ ਮਹਿਸੂਸ ਹੋਈ ਕਿਸ ਤਰ੍ਹਾਂ ਉਹਨਾਂ ਨਗਰਿਆਂ ਦੇ ਨਾਲ ਲਾ ਲਾ ਕੇ ਆਕਸੀਜਨ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਦਿੱਤੀਏ ਸੋ ਇਹ ਜਿਹੜੀ ਇਹਦੇ ਤੋਂ ਇੱਕ ਸਬਕ ਤਾਂ ਲੋਕਾਂ ਨੂੰ ਮਿਲਿਆ ਬਹੁਤਿਆਂ ਨੂੰ ਤਾਂ ਪਤਾ ਹੀ ਹੁਣ ਲੱਗਾ ਵੀ ਇਹ ਆਕਸੀਜਨ ਵੀ ਖਾਂਦੇ ਆ ਜਦੋਂ ਪਤਾ ਲੱਗਾ ਕਿ ਤਿੰਨ ਸਿਲੰਡਰ ਇੱਕ ਮਰੀਜ਼ ਨੂੰ ਚਾਹੀਦੇ ਆ ਤੇ 30000 ਦਾ ਇੱਕ ਸਿਲੰਡਰ ਹੁੰਦਾ ਸਮਝ ਲਓ 90000 ਦੀ ਅਸੀਂ ਆਕਸੀਜਨ ਰੋਜ਼ ਦੀ ਖਾ ਲੈਨੇ ਆ ਸੋ اسی ਵੀ ਇਥੇ ਉਸੇ ਨੂੰ ਮੁੱਖ ਰੱਖਦੇ ਆ ਸੰਗਤ ਨੇ ਇਕੱਠੇ ਹੋ ਕੇ ਤਕਰੀਬਨ 11 ਕੇ ਕਨਸੈਂਟਰੇਟਰ ਲੈਂਦੇ ਆ ਤਾਂ ਕਿ ਕਿਸੇ ਗਰੀਬ ਨੂੰ ਲੋਡ ਪਵੇ ਜਿਹੜੀਆਂ ਕੋਵਿਡ ਕਿੱਟਾਂ ਵੀ ਜਿਹੜੀਆਂ ਲੈ ਲੈਂਦੀਆਂ ਤਾਂ ਕਿ ਇਹਦੀ ਕਿਸੇ ਦੀ ਹੈਲਪ ਕੀਤੀ ਜਾ ਸਕੇ ਸੋ ਉਹ ਜਿਹੜੀ ਕਨਸੈਂਟਰੇਟਰ ਆ ਉਹ ਵੀ ਆਕਸੀਜਨ ਜਿਹੜੀ ਹੈ ਉਹ ਹਵਾ ਦੇ ਵਿੱਚੋਂ ਲੈਂਦਾ ਹਵਾ ਦੇ ਵਿੱਚੋਂ ਲੈ ਕੇ ਆਕਸੀਜਨ ਉਹ ਮਰੀਜ਼ ਨੂੰ ਦਿੰਦਾ ਆਕਸੀਜਨ ਹਵਾ ਵਿੱਚ ਹੋਊਗੀ ਤੇ ਤਾਂ ਹੀ ਮਰੀਜ਼ ਨੂੰ ਮਿਲੂਗੀ ਸੋ ਇਹ ਜਿਹੜੇ ਦਰਖਤ ਲਾਉਣ ਦੇ ਨਾਲ ਜਿੰਨੇ ਵੀ ਅਸੀਂ ਘਰਾਂ ਦੇ ਵਿੱਚ ਆਲੇ-ਦੁਆਲੇ ਇਹ ਚੰਗੀ ਸ਼ੁਰੂਆਤ ਹੋਈ ਹੈ ਲੋਕਾਂ ਨੂੰ ਮਹਿਸੂਸ ਹੋਣ ਲੱਗਾ ਇਹਨਾਂ ਤੋਂ ਦਰਖਤ ਨੂੰ ਕਹਿੰਦੇ ਸੀ ਵੇ ਖਰੇ ਪੱਤੇ ਹੀ ਛੱਡਦੇ ਆ ਖਰੇ ਦੇ ਨਾਲ ਕੋਈ ਪੱਤੇ ਡਗਣ ਦਾ ਨੁਕਸਾਨ ਹੋ ਜਾਊਗਾ ਪਰੇ ਪੱਤੇ ਹੀ ਸਾਨੂੰ ਆਕਸੀਜਨ ਦਿੰਦੇ ਆ ਸੋ ਹੁਣ ਲੋਕਾਂ ਦੀ ਰੁਝਾਨ ਜਿਹੜਾ ਹੈਗਾ ਇਹਦੇ ਲਈ ਬੰਨੈ ਨੂੰ ਜਿਹੜਾ ਹੈਗਾ ਵਧੂਗਾ ਵੀ ਤਾਂ ਕਿ ਲੋਕਾਂ ਨੂੰ ਇੱਕ ਝੰਜੋੜਾ ਜਿਹੜਾ ਹੋਇਆ ਇਹਦੇ ਨਾਲ ਲੋਕ ਸਮਝ ਸਕਣ ਜੇ ਕਿ ਕਿੰਨਾ ਕਚਰੇ ਜਿਹੜਾ ਝਟਕਾ ਅਸੀਂ ਮਹਿਸੂਸ ਕਰਦੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਊਗਾ ਪਰ ਲੋਕ ਇਹਦੇ ਲਈ ਬੰਨੈ ਨੂੰ ਕੁਦਰਤ ਵੱਲ ਨੂੰ ਤੁਰੇ ਜ਼ਰੂਰ ਆਉਣ ਵਾਲੇ ਸਮੇਂ ਤੇ ਆਸ ਕਰਦੇ ਆ ਕਿ ਹੋਰ ਵਧੀਆ ਵਾਤਾਵਰਨ ਬਣੇ ਕਿ ਅੱਜ ਜਪਾ ਦੇਖ ਰਹੇ ਹੈਗੇ ਕਿ ਲੋਕੀ ਤਰ ਤਰਾ ਮਰ ਕੀ ਮਰਦੇ ਪਏ ਹੈਗੇ ਜੋ ਕਿ ਇਹ ਸਮਾ ਇਸ ਟਮ ਲੋਕਾਂ ਦੇ ਇੰਨਾ ਜ਼ਿਆਦਾ ਭਾਰੀ ਹੋਇਆ ਪਿਆ ਵਾ ਤੁਸੀਂ ਦੇਖ ਕੇ ਸਭ ਤੋਂ ਗਰੀਬ ਲੋਕ ਕੀ ਤਾਂ ਉਹਦੇ ਮਰਿਆ ਪਿਆ ਹੈਗਾ ਕਿ ਉਹਨਾਂ ਨੂੰ ਆਸ ਹੀ ਨਹੀਂ ਹੁੰਦੀ ਕਿ ਇਸ ਟਾਈਮ ਮੈਂ ਜੀਵਾਂ ਜਾਂ ਮਰਾਂ ਤੇ ਇਹ ਮਤਲਬ ਕਿ ਥੋੜਾ ਦਰਸ਼ਕਾਂ ਨੂੰ ਦਵਾਂਗੇ ਜਾਣਕਾਰੀ ਕਿ ਅਗਰ ਮਹਾਸਮਾ ਤਾਂ ਭਾਰੀ ਹੈ ਇਹ ਅੱਗੇ ਜਾ ਕੇ ਕਿਦਾਂ ਸੁਧਾਰ ਹੋ ਕੁਝ ਪਰੇ ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਹੈਗਾ ਜੋ ਵੀ ਅ ਅਸੀਂ ਕੁਦਰਤ ਨਾਲੋਂ ਟੁੱਟੇ ਹੋਏ ਆ ਸਾਰੇ ਮੁਲਕ ਜਿਹੜੇ ਹੈਗੇ ਆ ਵੱਡੇ ਅਮਰੀਕਾ ਚ ਚైనా ਰਸ਼ੀਆ ਵਰਗੇ ਜਿਨ੍ਹਾਂ ਦੇ ਕੋਲ ਇੰਨੇ ਮਾਰੂ ਹਥਿਆਰ ਉਹਨਾਂ ਨੇ ਇਕੱਠੇ ਕੀਤੇ ਹੋਏ ਆ ਉਹ ਕਹਿੰਦੇ ਮੇਰੀ ਇੰਨੀ ਮਿਲ ਦੂਰ ਜਾ ਕੇ ਡਿੱਗਦੀ ਹੈ ਮੇਰਾ ਪਰਮਾਣੂ ਬੰਬੈਨ ਏਰੀਏ ਦੇ ਵਿੱਚ ਇਹਦਾ ਨਾਸ਼ ਕਰ ਸਕਦਾ ਪਰ ਜਦੋਂ ਆ ਕੋਵਿਡ ਬਿਮਾਰੀ ਆਈ ਬਚਾਉਣ ਦੀ ਗੱਲ ਆਈ ਤੇ ਉਦੋਂ ਸਾਰੇ ਹੱਥ ਖੜੇ ਕਰ ਗਏ ਜਿਹੜੇ ਡਵੈਲਪਡ ਕੰਟਰੀ ਸੀ ਚ ਚైనా ਸੀ ਚ ਅਮਰੀਕਾ ਸੀ ਇੰਗਲੈਂਡ ਸੀ ਜਰਮਨੀ ਸੀ ਇਵੇਂ ਸੀ ਅਸੀਂ ਸਾਰਿਆਂ ਨੇ ਹੱਥ ਖੜੇ ਕਰਦੇ ਵੀ ਇਹ ਤਾਂ ਸਾਡੇ ਕੋਲ ਕੋਈ ਇਲਾਜ ਨਹੀਂ ਸੋ ਇੱਕ ਵਾਇਰਸ ਜਿਹੜਾ ਹੈ ਉਹ ਸਾਡੀ ਜਿਹੜੀ ਤਾਕਤ ਆ ਜਿਸ ਨੂੰ ਅਸੀਂ ਕਹਿੰਨੇ ਦੁਨੀਆ ਨੂੰ ਬੰਗਾਰ ਦੇਆ ਕੋਲੇ ਸਾਨੂੰ ਪਰਖਿਆ ਤੇ ਅਸੀਂ ਉਹਦੀ ਉਹਦੀ ਉਹਦੇ ਅੱਗੇ ਹਾਰ ਗਏ ਸੋ ਇਹ ਇੱਕ ਬਹੁਤ ਵੱਡਾ ਸਾਡੀ ਸੋਚ ਨੂੰ ਝਟਕਾ ਕਿ ਅਸੀਂ ਮਨੁੱਖ ਜਿਹੜਾ ਹੈ ਇਹ ਸਾਰਾ ਕੁਝ ਸਰਵਸ਼ਕਤੀਮਾਨ ਨਹੀਂ ਉਹਦਾ ਤੇ ਇੱਕ ਵਾਇਰਸ ਜਿਹੜਾ ਹੈਗਾ ਉਹ ਸਾਰਿਆਂ ਨੂੰ ਹਲਾ ਕੇ ਰੱਖਣ ਦੀ ਸਮਰੱਥਾ ਬਾਕੀ ਤਾਂ ਕੁਦਰਤ ਦਾ ਦਾਅ ਕੋਈ ਭੇਤ ਨਹੀਂ ਸੋ ਇਹ ਦੇਖ ਕੇ ਅਸੀਂ ਕੁਦਰਤ ਦੇ ਨਾਲ ਰਲ ਕੇ ਚੱਲਾਂਗੇ ਕੁਦਰਤ ਨੂੰ ਜਿਹੜਾ ਹੈਗਾ ਬਚਾਉਣ ਦੀ ਗੱਲ ਕਰਾਂਗੇ ਚਾਹੀਦਾ ਤੇ ਇਹ ਸੀ ਕਿ ਜੇ ਮਨੁੱਖਤਾ ਦੇ ਕੋਈ ਆਫਤ ਆਉਂਦੀ ਹੈ ਉਹਨੂੰ ਅਸੀਂ ਕਿੰਨੀ ਛੇਤੀ ਬਚਾ ਲੈਨੇ ਸਾਡੇ ਕੋਲ ਕਿੰਨੀ ਤਾਕਤ ਅਸੀਂ ਕਿੰਨੀ ਛੇਤੀ ਉਹਨੂੰ ਉਹਦਾ ਮਸਲਾ ਹੱਲ ਕਰ ਲੈਨੇ ਪਰ ਉੱਥੇ ਜਾ ਕੇ ਮਾਰਨ ਵਾਲੇ ਪਾਸੇ ਨੂੰ ਵਿਨਾਸ਼ ਵਾਲੇ ਪਾਸੇ ਨੂੰ ਅਸੀਂ ਬਹੁਤ ਪੈਸਾ ਖਰਚ ਕਰਿਆ ਬਹੁਤ ਅੱਗੇ ਵਧਿਆ ਪਰ ਜਿਹੜਾ ਜੀਵਨ ਦਾਣ ਦੇਣ ਵਾਲੇ ਪਾਸੇ ਨੂੰ ਸਾਡੀ ਹਜੇ ਸੋਚ ਨਹੀਂ ਅਸੀਂ ਤਾਂ ਲੜਾਈਆਂ ਦੀਆਂ ਗੱਲਾਂ ਕਰਦੇ ਆ ਉਹ ਪਿਆਰ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਸਾਡੇ ਮੁਲਕਾਂ ਵਿੱਚ ਨਹੀਂ ਸਾਡੇ ਜਿਹੜੀ ਹੈਗੀਆਂ ਜੋ ਅਸੀਂ ਦੇਖ ਰਹੇ ਦੁਨੀਆ ਭਰ ਦੇ ਵਿੱਚ ਉਹ ਪਿਆਰ ਵਧਣਾ ਚਾਹੀਦਾ ਜਿੱਥੇ ਪਿਆਰ ਆ ਉਥੇ ਕਰਤਾਰ ਕੋਈ ਪ੍ਰਸ਼ਾਦ ਕਹੋ ਸੁਣ ਲਓ ਸਭਾ ਜਨ ਪ੍ਰੇਮ ਕਿਉ ਤੈਨਹੀਂ ਪ੍ਰਪਾਇਓ ਸੋ ਇਹ ਜਿਹੜਾ ਸਾਸੀ ਪੈਸਾ ਇਹਨਾਂ ਅੰਨੇ ਵਾਹ ਸਰਮੁਲਕ ਦੂਸਰੇ ਦੇ ਮਾਰਨ ਵਾਸਤੇ ਇਕੱਠਾ ਕਰ ਰਿਹਾ ਵਿਨਾਸ਼ ਦੇ ਸਾਧਨ ਇਕੱਠੇ ਕਰ ਰਿਹਾ ਜੇਕਰ ਇਹੀ ਕੁਦਰਤ ਨਾਲ ਜੁੜਨ ਵਾਸਤੇ ਇਹੀ ਖਰਚਿਆ ਜਾਵੇ ਹੋ ਸਕਦਾ ਕਿਸੇ ਨੂੰ ਮਾਰਨ ਦੀ ਜਾਂ ਕਿਸੇ ਨੂੰ ਵਿਨਾਸ਼ ਕਰਨ ਵਾਲੀ ਸਾਡੀ ਜਿਹੜੀ ਪ੍ਰਵਿਰਤੀ ਹੈ ਸਾਡੀ ਸੋਚ ਆ ਉਹੀ ਬਦਲ ਜਾਵੇ ਕਿਉਂਕਿ ਬੰਦੇ ਦੀ ਭੁੱਖ ਚੋਂ ਇਹ ਚੀਜ਼ਾਂ ਪੈਦਾ ਹੁੰਦੀਆਂ ਕੁਦਰਤ ਨਾਲ ਦੇ ਨਾਲ ਜੁੜੀਏ ਕੁਦਰਤ ਦਾ ਸਤਿਕਾਰ ਕਰੀਏ ਕੁਦਰਤ ਦੇ ਨਾਲ ਪਿਆਰ ਕਰੀਏ ਕੀ ਬੱਬਾ ਜੀ ਜਦਾ ਕਿ ਇੱਕ ਇੱਕ ਇਨਸਾਨ ਦੇ ਵਿੱਚ ਕਿੰਨੇ ਤਰ੍ਹਾਂ ਦੇ ਅੰਗ ਹੁੰਦੇ ਨੇ ਜਿਦਾ ਅੱਖਾਂ ਹੁੰਦੀਆਂ ਕਿ ਕਿਡਨੀਜ਼ ਹੁੰਦੀਆਂ ਲੰਗਸ ਹੁੰਦੇ ਨੇ ਮਤਲਬ ਕਿ ਪੇੜ ਕਿਹੜੇ ਕਿਹੜੇ ਪੇੜ ਪੌਦੇ ਕਿਹੜੇ ਕਿਹੜੇ ਜੜੀ ਬੂਟੀਆਂ ਸਾਡੇ ਮਤਲਬ ਇਸ ਅੰਗ ਨੂੰ ਮਤਲਬ ਕੀ ਫਾਇਦਾ ਪਹੁੰਚਾਉਂਦੇ ਨੇ ਇਸ ਬਾਰੇ ਤੁਸੀਂ ਦੱਸੋਗੇ ਵੱਖਰੇ ਵੱਖਰੇ ਕਿਉਂਕਿ ਆਕਸੀਜਨ ਤਾਂ ਸਾਰਿਆਂ ਨੂੰ ਦਿੰਦੇ ਆ ਪਰ ਵੱਖਰੇ ਵੱਖਰੇ ਗਾਉਣਾ ਜਿਸ ਤਰ੍ਹਾਂ ਆਪਾਂ ਐਸੇ ਦਰਖਤ ਦੇਲੇ ਬੈਠੇ ਆ ਇਹ ਬਿੱਲ ਦਾ ਬੂਟਾ ਹੈ ਇਹ ਬੈਲਾ ਇਹ ਹਾਰਟ ਵਾਸਤੇ ਇਹਦਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇਹਦੀ ਇਹਨੂੰ ਜਿਹੜਾ ਇਹਦਾ ਸ਼ੇਕ ਬਣਾ ਕੇ ਪੀਤਾ ਜਾਂਦਾ ਸੀ ਜਿਸ ਤਰ੍ਹਾਂ ਅਰਜਣਾ ਉਹਦਾ ਸੇਲ ਜਿਹੜੀ ਹੈਗੀ ਆ ਉਹ ਵੀ ਹਾਰਟ ਬਲੌਕ ਦੇ ਵਾਸਤੇ ਵਰਤਦੇ ਆ ਜੇਦੋਂ ਬਿਹੜਾਵਾ ਜੋ ਪੇਟ ਦੇ ਵਿੱਚ ਬਿਮਾਰੀਆਂ ਵਾਸਤੇ ਕੋਈ ਹੋਵੇ ਨਿਮਾ ਉਹ ਬਹੁਤ ਲਾਹੇਵੰਦਾ ਪੇਟ ਦੀ ਤੇ ਹਰ ਤਰ੍ਹਾਂ ਦੀ ਬਿਮਾਰੀ ਜਿਹੜੀ ਹੈਗੀ ਇਸ ਕੰਨ ਦੀ ਬਿਮਾਰੀ ਜਾਂ ਐਂਟੀਬਾਇਓਟਿਕ ਜੀ ਕਹ ਲਈਏ ਇਹ ਜਾਮਨ ਆ ਜਾਮਨ ਦਾ ਜਿਹੜਾ ਹੈਗਾ ਇਹ ਸ਼ੂਗਰ ਦੇ ਰੋਗ ਤੇ ਕਰ ਵੀ ਜਿਹੜੇ ਹੈਗੇ ਉਹਦੇ ਵਾਸਤੇ ਵੀ ਫਾਇਦੇਮੰਦ ਆ ਜਿੰਨੇ ਵੀ ਇਹ ਸ਼ੂਗਰ ਵਾਲੇ ਬਹੁਤ ਜ਼ਿਆਦਾ ਇਹਨੂੰ ਖਾਂਦੇ ਆ ਸੋ ਹੋਰ ਜਿੰਨੇ ਵੱਖਰੀਆਂ ਵੱਖਰੀਆਂ ਜਿਹੜੇ ਦਰਖਤ ਆ ਉਹਨਾਂ ਦੇ ਵੱਖਰੇ ਵੱਖਰੇ ਜਿਹੜੇ ਹੈਗੇ ਆ ਉਹ ਫਾਇਦੇ ਆ ਜਿਹੜੇ ਸੁਖਚਿਆਂ ਦਾ ਬੂਟਾ ਉਹਦੀ ਧਾਤਣ ਜਿਹੜੀ ਹੈਗੀ ਆ ਕੰਮ ਆਉਂਦੀ ਹੈ ਜਿਹੜੇ ਕਿੱਕਰ ਆ ਉਹਦੇ ਤੁੱਕਿਆਂ ਦਾ ਆਚਾਰ ਪੈਂਦਾ ਉਹ ਬੜੇ ਕਾ ਕੀਮਤੀ ਹੁੰਦੇ ਉਹਦੇ ਦਵਾਈਆਂ 'ਚ ਵਰਤੇ ਜਾਂਦੇ ਆ ਇਸੇ ਤਰ੍ਹਾਂ ਜਿਹੜੀਆਂ ਹੈਗੀ ਆਂਬਾਂ ਦੀਆਂ ਗੁਠਲੀਆਂ ਜਿਹੜਾ ਹੈਗਾ ਨਾ ਅਨਾਰ ਉਹ ਬਹੁਤ ਜਿਹੜਾ ਹੈਗਾ ਸਿਹਤ ਵਾਸਤੇ ਜਿਹੜਾ ਉਹਦੇ ਵਿੱਚ ਬੜੇ ਖਰਾਕੀ ਦਾ ਤਾ ਬੜਾ ਗੁਣ ਸੋ ਇਹ ਸਾਰੇ ਪੇੜ ਪੌਦੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਹੈਗੇ ਆ ਕਿਸੇ ਦੇ ਫਲ ਸਗੰਧੀ ਦਿੰਦੇ ਆ ਕਿਸੇ ਦੇ ਫਲ ਸਾਡੇ ਸਰੀਰ ਵਾਸਤੇ ਹਰ ਤਰ੍ਹਾਂ ਦੇ ਇਹ ਸਾਰੇ ਦਰਖਤਾਂ ਨੂੰ ਲੱਗਦੇ ਆ ਫਿਰ ਮੈਡੀਸ਼ਨ ਜਿੰਨੀਆਂ ਹੈਗੀਆਂ ਬਹੁਤ ਜ਼ਿਆਦੀਆਂ ਮੈਡੀਸ਼ਨ ਸਾਡੀਆਂ ਇਹਨਾਂ ਦਰਖਤਾਂ ਤੋਂ ਹੀ ਤਿਆਰ ਹੁੰਦੀਆਂ ਤੇ ਇਸੇ ਤਰੀਕੇ ਜਿਹੜੇ ਹੈਗੇ ਆ ਇਹ ਦਰਖਤਾਂ ਦੀਆਂ ਜੜਾਂ ਇਹ ਵੀ ਕੰਮ ਆਉਂਦੀਆਂ ਇਹ ਵੀ ਵਕ ਵਕ ਜਿਹੜੀ ਹੈਗੀ ਦਵਾਈਆਂ ਦੇ ਵਿੱਚ ਵਰਤੀਆਂ ਜਾਂਦੀਆਂ ਵਕ ਵਕ ਜਿਹੜੇ ਆਯੁਰਵੈਦਿਕ ਦੇ ਮਹਾਰਾ ਉਹ ਇਹਨਾਂ ਦੀ ਪਛਾਣ ਕਰਕੇ ਜਿਹੜਾ ਹੈ ਇਹਨਾਂ ਨੂੰ ਇਹਨਾਂ ਤੋਂ ਆਪਣੇ ਕੰਮ ਲੈਂਦੇ ਆ ਸੋ ਇਹ ਸਾਰੇ ਪੇੜ ਪੌਦ ਦੇ ਕਿਸੇ ਨਾ ਕਿਸੇ ਆਕਸੀਜਨ ਤਾਂ ਸਾਰਿਆਂ ਨੂੰ ਦਿੰਦੇ ਸਾਰਿਆਂ ਦੇ ਕੰਮ ਆਉਂਦੀ ਹੈ ਕਿ ਬਾਬਾ ਜੀ ਆਪਾਂ ਕਾਫੀ ਚੀਜ਼ ਆਪਾਂ ਦੇਖਦੇ ਆ ਕਿ ਤੁਹਾਡੀਆਂ ਜਿਹੜੀ ਵੀਡੀਓ ਦੇਖਦੇ ਆਗੇ ਤੁਸੀਂ ਕਾਫੀ ਲੋਕਾਂ ਨੂੰ ਮਤਲਬ ਜਿਹੜੇ ਪੇੜ ਪੌਦ ਦੇ ਹੈਗੇ ਆ ਕਾਫੀ ਮਤਲਬ ਕਿ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਮੁਫਤ ਦਿੰਦੇ ਉਹਨਾਂ ਨੂੰ ਤੇ ਇੰਨੀ ਜਿਹੀ ਵੱਡੀ ਨੈਸੈਸਰੀਜ਼ ਆਪਾਂ ਦੇਖ ਰਹੇ ਆ ਇਸ ਟਾਈਮ ਇਹਨਾਂ ਕਿੱਦਾਂ ਤੁਸੀਂ ਦੇਖਭਾਲ ਕਰਦੇ ਹੋ ਉਹ ਨਾਲ ਤੁਹਾਡਾ ਕੋਈ ਸਹਿਯੋਗ ਵੀ ਦੇ ਰਿਹਾ ਹੈ ਕਿ ਆ ਕੱਲ ਤੁਸੀਂ ਇਕੱਲੇ ਹੀ ਕਰਦੇ ਹੋ ਬਤ ਤੁਸੀਂ ਕੁਝ ਦੱਸੋਗੇ ਦੋ ਨਰਸਰੀਆਂ ਇੱਥੇ ਚਲਾਉਣੇ ਇੱਕ ਤਾਂ ਸੰਗਤ ਚਲਾ ਰਹੀ ਹੈ ਜਿਹਦੇ ਵਿੱਚ ਸਕੂਲ ਦੇ ਬੱਚੇ ਲਫਾਫੇ ਭਰਦੇ ਆ ਤੇ ਉਹ ਉਹਦੀ ਦੇਖਪਾਲ ਦੇ ਵਿੱਚ ਜਿੱਥੇ ਸੰਗਤ ਸਹਯੋਗ ਕਰਦੀ ਹੈ ਸਕੂਲ ਦੇ ਬੱਚੇ ਦੂਸਰਾ ਜਿਹੜਾ ਨਰੇਗਾ ਦੇ ਵਿੱਚ ਲਾਉਣੇ ਹੈ ਜਿਹਦੇ ਵਿੱਚ ਤਕਰੀਬਨ ਅਸੀਂ 4-5 ਲੱਖ ਫੁੱਟਾ ਉਹ ਚ ਤਿਆਰ ਕਰਦੇ ਆ 2.2 ਲੱਖ ਫੁੱਟਾ ਇੱਥੇ ਤਿਆਰ ਕਰਦੇ ਆ ਸਾਲ 'ਚ ਤੇ ਸਾਰਾ ਜੜਾ ਹੈਗਾ ਫ੍ਰੀ ਬੂਟਾ ਅਸੀਂ ਵੰਡਦੇ ਵੀ ਆ ਲਾਉਣੇ ਵੀ ਆ ਪਾਰਕਾਂ 'ਚ ਹੁਣ ਵੀ ਸਾਡੇ ਕੋਲ ਪਰਸੋਂ ਫੌਜ ਵਾਲੇ ਆਏ ਸੀ 4000 ਕਿੰਨੇ ਬਾਬਾ ਜੀ ਇਸ ਬੂਟਾ ਲੈਣਾ ਜਿਨ੍ਹਾਂ ਵੀ ਜੁਲਾਈ ਦੇ ਵਿੱਚ ਅਸੀਂ ਤਕਰੀਬਨ ਜਿਹੜਾ ਦੋਨਾਂ ਨਰਸਰੀਆਂ ਚੋਂ ਬੂਟੇ ਜਿਹੜੇ ਹੈਗੇ ਉਹ ਦੇਵਾਂਗੇ ਤੇ ਜਿਨ੍ਹਾਂ ਨੂੰ ਲੋਡ ਬੰਦ ਹੁੰਦੇ ਉਹ ਲੈ ਜਾ ਕੇ ਪੰਜਾਬ ਤੋਂ ਵੀ ਹਰਿਆਣੇ ਵਾਲੇ ਵੀ ਰਾਖਤਾਂ ਦੇ ਕਰੀ ਬੂਟੇ ਜਿਹੜੇ ਹੈਗੇ ਲੈ ਕੇ ਜਾਂਦੇ ਨੇ ਦਰਸ਼ਕੋ ਜੇ ਤੁਸੀਂ ਦੇਖਿਆ ਬਾਬਾ ਜੀ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਹਰ ਪੇੜ ਦੀ ਹਰ ਪੌਦੇ ਦੀ ਕੀ ਕੀ ਕਿਹੜਾ ਪੌਦਾ ਸਾਡੇ ਸਿਹਤ ਲਈ ਮਤਲਬ ਕਿ ਇਫੈਕਟ ਅੱਛਾ ਹੈ ਤੇ ਕਿਹੜਾ ਪੇੜ ਸਾਡੇ ਸਿਹਤ ਲਈ ਹੈ ਉਹਦੇ ਸਾਰੇ ਹੀ ਪੇੜ ਤੁਹਾਡੇ ਆਕਸੀਜਨ ਹੀ ਦਿੰਦੇ ਹੈਗੇ ਆ ਪਰ ਕਿਹੜੇ ਕੁਝ ਕੁਝ ਪੇੜ ਜਿਹੜੇ ਕਿਹੜੇ ਸਾਡੇ ਸਰੀਰ ਦੇ ਅੰਗਾਂ ਨੂੰ ਵੀ ਮਤਲਬ ਕਿ ਸਹੀ ਪਹੁੰਚਾਉਂਦੇ ਨੇ ਤੇ ਉਸ ਬਾਰੇ ਬਾਬਾ ਜੀ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈਗੀ ਹੈ ਤੇ ਹੁਣ ਸਾਡਾ ਸਮਾਂ ਵੀ ਜਾਂਦਾ ਹੋ ਗਿਆ ਤੇ ਆਪਾਂ ਹੁਣ ਬਾਬਾ ਜੀ ਨੂੰ ਕਹਾਂਗੇ ਲਾਸਟ ਵਾਰੀ ਆਪਣੇ ਦਰਸ਼ਕਾਂ ਨੂੰ ਇੱਕ ਮਤਲਬ ਪ੍ਰਗਤੀ ਬਾਰੇ ਕੁਝ ਸੁਝਾਅ ਹੋਰ ਦੇਣਾ ਚਾਹੋਗੇ ਲਾਸਟ ਵ ਸੋ ਸਾਡਾ ਤੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਉਪਦੇਸ਼ ਦਿੱਤਾ ਜਿੱਥੇ ਜਿੱਥੇ ਜਾਏ ਬਈ ਇਹ ਪਹਿਲਾਂ ਕਹੀ ਸੀ ਜਿੱਥੇ ਵੀ ਰਹਿ ਰਹੇ ਆ ਜਿੱਥੇ ਵੀ ਵਸ ਰਹੇ ਆ ਜੇਸ਼ਵੀ ਮੁਲਕ 'ਚ ਜੇਸ਼ਵੀ ਧਰਤੀ 'ਤੇ ਉਹਦਾ ਖਿਆਲ ਰੱਖੀਏ ਉਥੇ ਦੇ এনवायरमेंट ਦਾ ਖਿਆਲ ਰੱਖੀਏ ਘਰ ਵਿੱਚ ਇਸ ਤੋਂ ਬਾਅਦ ਦਰਖਤ ਲਾਈਏ ਆਲਾ ਦਵਾਲਾ ਸਾਫ਼ ਸੁਥਰਾ ਰੱਖੀਏ ਜੋ ਅਸੀਂ ਜੀਵਨ ਦੇ ਵਿੱਚ ਜਿੰਨਾ ਕਰ ਸਕਦੇ ਆ ਉਹ ਕੁਦਰਤ ਦੇ ਨਾਲ ਇੱਕ ਸੁਰ ਹੋ ਕੇ ਜੀਈਏ ਜਦੋਂ ਅਸੀਂ ਸਾਰੇ ਕੁਦਰਤ ਨਾਲ ਜੁੜ ਕੇ ਜੀਵਾਂਗੇ ਤਾਂ ਕੁਦਰਤ ਵਾਲੇ ਦੀਆਂ ਬਖਸ਼ਿਸ਼ਾਂ ਦੇ ਸਾਰੇ ਪਾਤਰ ਬਣਾਂਗੇ ਸੋ ਐਸੀ ਸਾਡੇ ਨਾ ਬਾਬਾ ਜੀ ਸੰਤ ਬਲਬੀਰ ਸਿੰਘ ਜੀ ਸਿਚੇਵਾਲ ਤੋਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਹੈ ਹਰ ਪੇੜ ਦੀ ਹਰ ਪੌਦੇ ਦੀ ਤੇ ਇਸੇ ਵਕਤ ਆਪਾਂ ਨੂੰ ਐਸੀ ਸ਼ੋ ਨੂੰ ਇੱਥੇ ਸਮਾਪਤ ਕਰਾਂਗੇ ਆਪਣਾ ਤੇ ਧੰਨਵਾਦ